ਸਸਿਕਾ ਸਾਰਿਆਂ ਨੂੰ ਅੱਜ ਆਪਾਂ ਮੁੱਲੀਆਂ ਦੇ ਪਰੌਠੇ ਬਣਾਉਣੇ ਆ 5 ਮਿੰਟਾਂ ਦੇ ਵਿੱਚ ਤੇ ਆਪਾਂ ਦੇਖਦੇ ਆ ਕੌਣ ਜਿੱਤਦਾ। ਹੁਣ ਮੈਂ ਜੀਰਾ ਵਰਤਣ ਲੱਗਾ, ਲੂਣ, ਮਸਾਲਾ ਤੇ ਇੱਕ ਮਿਰਚ, ਮੁੱਲੀ ਤੇ ਆਟਾ। ਹਾਂਜੀ, ਤੇ ਪਹਿਲਾਂ ਗੋਪੀ ਬਣਾਊਗਾ, ਉਹਨੂੰ ਉਦਾਂ ਪਤਾ ਤਾਂ ਹੈ ਨਹੀਂ ਕੀ ਬਣਾ ਕਿੱਦਾਂ ਕਰਨਾ, ਆਪਾਂ ਦੇਖਦੇ ਆ ਤੇ ਆਪਾਂ ਟਾਈਮ ਸ਼ੁਰੂ ਕਰਦੇ ਆ। ਸ਼ੁਰੂ ਹੋ ਗਿਆ, ਉਹਨੂੰ ਪਤਾ ਤਾਂ ਹੈ ਨਹੀਂ ਕੀ ਕਰਨੂੰ, ਦੇਖਦੇ ਆ। ਕਪਿਆ ਕੀ ਪਾਉਣ ਲੱਗਾ? ਮਸਾਲਾ ਦੇਖੀ ਕਿੰਨਾ ਪਾਈਦਾ, ਇੰਨਾ ਕੁ ਲੂਣ ਪਾ ਹੀ ਲੈਣੇ ਆ। ਮਲਾ ਅੱਧਾ ਕੁ ਚਮਚਾ ਇਹਨੇ ਪਾ ਲਿਆ, ਨਹੀਂ ਅੱਧਾ ਤਾਂ ਥੋੜਾ ਜਿਹਾ। ਠੀਕ ਆ, ਮਿਰਚ ਹੁਣ ਪਾਉਣ ਲੱਗੇ। ਬੜੇ ਸਾਰੇ ਹੋ ਜਾਓ, ਗੋਪੀ ਤੇ ਬਹੁਤ ਵਧੀਆ ਬਣਾਉਂਦਾ। ਬੰਦੇ ਕੰਮ ਕਰਦੇ ਬੁੜੀ ਬੈਠੇ ਹੁੰਦੇ ਆ। ਦੇਖੀ ਜਾਣੇ ਕਿੰਨਾ ਗੋਪੀ ਕੰਮ ਕਰਦਾ। ਇੰਨਾ ਜ਼ੋਰ ਗੋਪੀ ਨੇ ਸਾਰੀ ਜ਼ਿੰਦਗੀ ਨੀ ਵਰਤਿਆ ਹੋਣਾ ਜਿੰਨੀ ਇਸ ਰੋਟੀ ਨੂੰ ਲੱਗ ਗਿਆ। ਤੁਸੀਂ ਸਾਰੇ ਗੋਪੀ ਨੂੰ ਕਾਪੀ ਕਰੋ, ਫਿਰ ਤੁਹਾਡਾ ਅੱਜ ਹੀ ਪਰੌਠਾ ਬਣ ਜੂਗਾ। ਮੈਂ ਤਾਂ ਰੈਸਟੋਰੈਂਟ ਹੀ ਖੋਲ ਲੈਣਾ, ਦੇਖ ਮੈਂ ਕਿੱਦਾਂ ਕਰਦਾ, ਜਿੱਦਾਂ ਪੀਜ਼ਾ ਨਹੀਂ ਬਣਦਾ ਹਾਏ, ਡੋਮਿਨੋਜ਼ ਮੈਨੂੰ ਹਾਰ ਕਰ ਸਕਦੇ। ਪਰੌਠਾ ਬਣਦਾ ਹੁਣ। ਹਾਂ, ਮੈਂ ਪਤਾ ਨੀ ਕੀ ਕਰਦਾ, ਮੈਂ ਉਦਾਂ ਫਲਿੱਪ ਫਲਿੱਪ ਕਰੀ ਜਾਂਦਾ, ਦੇਖਦੇ ਕਿੱਦਾਂ ਦਾ ਬਣਿਆ। ਸਾਨੂੰ ਇਹ ਵੀ ਡਰ ਆ ਸਾਨੂੰ ਕੱਚੇ ਨਾ ਖੜਾ ਦੇਵੇ। ਤੁਸੀਂ ਗੋਪੀ ਦਾ ਪਰੌਠਾ ਖਾਇਓ, ਘਰੇ ਬਣਾਇਓ। ਜੇ ਬਲੱਡ ਸ਼ੂਗਰ ਲੈਵਲ ਉੱਤੇ ਹਾਈ ਕਰਨੇ ਫਿਰ ਮੈਨੂੰ ਦੱਸੋ। ਓਕੇ, ਪਹਿਲਾਂ ਆਪਾਂ ਮਸਾਲਾ ਪਾਉਣ ਲੱਗੇ, ਹੁਣ ਮੇਰੀ ਵਾਰੀ ਆ। ਨੈਫ ਨੈਫ ਕੀ ਸਵਾਦ ਨਹੀਂ ਬਣਾਉਣੇ ਦਾ, ਮੈਂ ਉਦਾ ਚਮਚੇ ਘੱਟ ਹੀ ਵਰਤਦੀ ਹੁੰਦੀ ਹਾਂ, ਹੁਣ ਮੈਨੂੰ ਵੀਡੀਓ ਦਾ ਕਰਕੇ ਵਰਤਣੇ ਪੈਂਦੇ। ਉਦਾ ਅਸੀਂ ਆਈਡੀ ਇੰਨਾ ਹੀ ਪਰਾਗੀ ਦੇ ਹੁੰਦੇ ਆ। ਅੱਧਾ ਕੁ ਚਮਚਾ ਪਾਉਣੇ ਵਿੱਚ, ਮੈਂ ਘੱਟ ਹੀ ਪਾਇਆ। ਓ ਫਿਰ ਮੈਂ ਠੀਕ ਆ, ਈਜ਼ੀ ਤੇ ਨਾ ਥੋੜੇ ਮਿਕਸ ਹੋ ਜਾਂਦੇ ਤੇ ਹੁਣ ਮੈਂ ਮਿਰਚ ਪਾਉਣੀ ਆ। ਸੋਰੀ ਨਹੀਂ ਪਾਉਣੀ, ਇਸੇ ਜ਼ਿਆਦੀ ਹੋ ਜੂਗੀ। ਉਦਾ ਤਾਂ ਸਾਰਾ ਕੋਲਾ ਪਾਇਆ ਲੱਗਦਾ। ਲੂਣ ਪਾਈ ਦਿੰਦਾ ਹਨਾ, ਘੱਟ ਜਿਹਾ ਲੱਗਦਾ ਸੀ ਜਿਹਨੇ ਵੀ ਪਾਇਆ ਸੀ। ਮੈਂ ਕਿਹਾ ਲੂਣ ਪਾਈ ਦਿੰਦਾ ਉਹਦੇ ਮੂਲੀ ਦੇ ਵਿੱਚ, ਮੈਂ ਕਿਹਾ ਬਹੁਤ ਸਵਾਦ ਹੋਣਾ। ਸੋ ਆਹ ਮੈਂ ਪਾਉਣ ਲੱਗਾ, ਮੈਂ ਹੁਣ ਹਾਂਜੀ ਮੈਨੂੰ ਪਤਾ ਸੀ ਇੱਦਾਂ ਕਿੱਦਾਂ ਕਰਨ, ਫਿਰ ਮੇਰਾ ਸਪੈਸ਼ਲ ਹੁੰਦਾ ਪਰੌਠਾ ਹੈ ਨਾ, ਤਾਂ ਜੇ ਮੈਂ ਉੱਦਾਂ ਦਾ ਬਣਾਇਆ। ਜਦੋਂ ਨੈਵੀ ਬਣਾਉਂਦੀ ਹੁੰਦੀ ਸਵਾਦ ਨਹੀਂ ਹੁੰਦਾ ਕਈ ਵਾਰੀ, ਜਦੋਂ ਮੈਂ ਬਣਾਉਂਦਾ ਬਹੁਤ ਸਵਾਦ ਹੁੰਦਾ ਹੈ ਨਾ। ਜਿੱਦਾਂ ਮੈਂ ਹੁਣ ਹੈ ਨਾ, ਜਦੋਂ ਮੈਂ ਅੰਦਰ ਗਿਆ ਮੈਂ ਕਿਹਾ ਮੈਂ ਹੁਣ ਹੀ ਖਾ ਲੈਂਦਾ ਮੇਰਾ ਪਰੌਠਾ, ਉਹ ਕਹਿੰਦਾ ਵੀ ਕਹਿੰਦੀ ਨਹੀਂ 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 ਨਹੀਂ, ਮੰਮੀ ਨੂੰ ਰੱਖ, ਮੰਮੀ ਨੂੰ ਖਾ ਲੈਂਦੇ, ਦੇਖੀਏ ਸਵਾਦ ਤੇਰਾ। ਗੋਪੀ
ਉਹਦਾ ਹੱਥ ਨਾਲ ਸਹੀ ਹੈ ਤੁਹਾਨੂੰ ਐਕਸਟਰਾ ਟਾਈਮ ਦਾ ਚਮਚੇ ਨਾਲ ਹਾਂਜੀ ਹੁਣ ਆਪਾਂ ਜਿਹੜੀ ਆਪਾਂ ਦੂਜੀ ਰੋਟੀ ਪੀਸੀ ਉੱਤੇ ਰੱਖ ਦੇਣੀ ਪਾ ਦੇਣੀ ਹੈ ਹਾਏ ਹਾਏ ਮੇਰੀ ਵੀ ਇਦਾਂ ਦੀ ਸੀ ਸੈਟਅਪ ਤੇ ਬੰਦ ਕਰ ਦੇਣਾ ਮੇਰਾ ਵੀ ਇਦਾਂ ਦਾ ਹੀ ਸੀ ਕੋਈ ਨਾ ਆਪਾਂ ਦੂਜਾ ਪਾਸੇ ਇਦਾਂ ਕਰਨੀ ਹੈ ਆਹ ਮੈਂ ਇਦਾਂ ਨਹੀਂ ਕੀਤਾ ਆਹ ਦੇਖੋ ਹੁਣ ਆਪਣਾ ਹੋ ਗਿਆ ਪਰ ਇਹਦੇ ਵਿੱਚ ਆਪਣਾ ਹਾਂਜੀ ਅੱਜ ਮੇਰੇ ਗੋਪੀ ਪੁੱਤ ਨੇ ਪਰੌਠਾ ਬਣਾਇਆ ਅੱਜ ਆਪਾਂ ਕਰਦੇ ਹਾਂ ਖਾਣ ਟਰਾਈ ਦੇਖਦੇ ਕਿੱਦਾਂ ਦਾ ਬਣਾਇਆ ਕਿੱਦਾਂ ਦਾ ਬਣਦਾ ਉਹਦਾ ਸਵਾਦ ਆ ਲੂਣ ਥੋੜਾ ਘੱਟ ਆ ਮਿਰਚ ਮਾੜੀ ਜੀ ਘੱਟ ਆ ਉਹਦਾ ਬਹੁਤ ਸੋਹਣਾ ਬਣਾਇਆ ਤੇ ਮਾਮਾ ਨਾਲੇ ਮੋਟਾ ਨਹੀਂ ਗਾ ਥੋੜਾ ਜਿਹਾ ਮੋਟਾ ਵੀ ਹੈਗਾ ਉਹਦਾ ਯਾਰ ਮੇਰੇ ਪੁੱਤ ਨੇ ਬਹੁਤ ਵਧੀਆ ਬਣਾਇਆ ਮੈਂ ਸਮਾੜਾ ਨਹੀਂ ਕਹਿ ਸਕਦੀ ਚੱਲ ਠੀਕ ਮੇਰੇ ਪੁੱਤ ਦੀਆਂ ਪੱਕੀਆਂ ਮੈਂ ਖਾਧੀਆਂ ਅੱਜ ਠੀਕ ਆ ਕੇ ਦੇਖਦੇ ਮੂਲੀਆਂ ਵਾਲਾ ਪਰੌਠਾ ਮੇਰੀ ਕੁੜੀ ਨੇ ਬਣਾਇਆ ਦੇਖੀਏ ਕਿੱਦਾਂ ਦਾ ਮੈਨੂੰ ਲੱਗਦਾ ਮੇਰਾ ਤਾਂ ਸਵਾਦ ਹੀ ਹੋਣਾ ਗੋਪੀ ਨਾਲ ਲੂਣ ਸਾਰਾ ਹੀ ਪਾਤਾ ਜਿੰਨਾ ਸੀ ਮੇਰਾ ਤਾਂ ਘੱਟ ਪਿਆ ਮੈਂ ਮਾਮ ਅੱਧਾ ਹੀ ਪਾਇਆ ਸੀਗਾ ਚਮਚਾ ਛੋਟਾ ਹੀ ਮੈਂ ਤੈਨੂੰ ਇੱਕ ਗੱਲ ਹੀ ਦੱਸੀ ਦਿੰਦਾ ਹਾਂਜੀ ਜੋ ਨੈਨ ਉੱਤੇ ਗਈ ਸੀ ਮੈਂ ਲੂਣ ਫੋਨ ਪਾਤਾ ਹੀ ਪਰੌਂਠੇ ਦੇ ਦੇਖ ਕਿਤੇ ਬੁੜੀ ਕੋਪੇ ਸੱਚੀ ਤਾਂ ਇੰਨਾ ਜ਼ਿਆਦਾ ਲੂਣਿਆ ਦੋ ਮੈਨੂੰ ਨਹੀਂ ਮੈਨੂੰ ਲੱਗਦਾ ਮੈਨੂੰ ਪੁਆਇੰਟ ਮਰਨਾ ਚਾਹੀਦਾ ਤੁਸੀਂ ਪਲੀਜ਼ ਦੱਸੋ ਕਮੈਂਟ ਸੈਕਸ਼ਨ ਵਿੱਚ ਕਿਹਨੂੰ ਮਰਨਾ ਚਾਹੀਦਾ ਲੱਸੀ ਦਾ ਫਿਰ ਚੈਲੰਜ ਕਰਾਂਗੇ ਬਾਅਦ ਚ ਥੋੜੇ ਦਿਨਾਂ ਤੱਕ ਤੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਫਿਰ ਇਹ ਗੋਪੀ ਉਹਦਾ ਤੁਹਾਨੂੰ ਪਤਾ ਹੀ ਹੈ ਤੁਸੀਂ ਭਲੇ ਮਾਂ ਸਾਰੇ ਟੀਮ ਚ ਹੋਣਾ ਸ਼ਤਾਨ ਟੀਮ ਚ ਨਹੀਂ ਤੇ ਪਲੀਜ਼ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਸਾਡੇ ਚੈਨਲ ਨੂੰ ਤੇ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਗਲੀ ਵੀਡੀਓ 'ਚ ਮਿਲਦੇ ਹਾਂ